ਕਾਂਗਰਸ ਅਤੇ ਵਿਰੋਧੀ ਦਲਾਂ ਵੱਲੋਂ ਸੰਸਦ ਦਾ ਸਤਰ ਨਹੀਂ ਚੱਲਣ ਦੇਣ ਦੇ ਵਿਰੋਧ 'ਚ ਭਾਜਪਾ ਵੱਲੋਂ ਪੂਰੇ ਦੇਸ਼ 'ਚ ਇੱਕ ਦਿਨਾ ਭੁੱਖ ਹੜਤਾਲ ਕੀਤੀ ਗਈ। ਉੱਥੇ ਹੀ ਬੀਜੇਪੀ ਵੱਲੋਂ ਇਸ ਦੇ ਤਹਿਤ ਗੁਰਦਾਸਪੁਰ ਅਤੇ ਪਠਾਨਕੋਟ ਵੱਲੋਂ ਸਾਂਝੇ ਤੌਰ 'ਤੇ ਮੰਚ ਸਾਂਝਾ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸੇ ਤਰ੍ਹਾਂ ਕੁਰੂਕਸ਼ੇਤਰ 'ਚ ਵੀ ਸਾਂਸਦ ਰਾਜਕੁਮਾਰ ਸੈਣੀ ਦੀ ਅਗਵਾਈ 'ਚ ਬੀਜੇਪੀ ਵੱਲੋਂ ਭੁੱਖ ਹੜਤਾਲ ਕੀਤੀ ਗਈ ਅਤੇ ਉੱਧਰ ਰੋਪੜ 'ਚ ਵੀ ਬੀਜੇਪੀ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪਿਛਲੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਔਰ ਅਮਿਤ ਸ਼ਾਹ ਜੀ ਦੇ ਆਹਵਾਨ ਦੇ ਉੱਤੇ ਪੂਰੇ ਹਿੰਦੁਸਤਾਨ 'ਚ ਭਾਰਤੀ ਜਨਤਾ ਪਾਰਟੀ ਦੇ MP MLA ਔਰ ਪਾਰਟੀ ਦੇ ਪ੍ਰਮੁੱਖ ਨੇਤਾ ਸਾਰੇ ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਉਪਵਾਸ 'ਤੇ ਬੈਠੇ ਹੈ ਔਰ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ 2014 'ਚ ਨਰਿੰਦਰ ਭਾਈ ਮੋਦੀ ਦੀ ਜਦੋਂ ਸਰਕਾਰ ਬਣੀ ਕਾਂਗਰਸ ਨੂੰ ਇਸ ਦੇਸ਼ ਦੇ ਅੰਦਰ ਕੋਈ ਉਸ ਪਰਿਵਾਰ ਦੇ ਇਲਾਵਾ ਕੋਈ ਪਿਛੜੀ ਜਾਤੀ ਤੋਂ ਸੰਬੰਧਿਤ ਵਿਅਕਤੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਇਹ ਪਚਦਾ ਨਹੀਂ ਹੈ। ਦੇਖੋ ਹਿੰਦੁਸਤਾਨ ਦੇ ਸਭ ਤੋਂ ਲੋਕਪ੍ਰਿਯ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਨੂੰ ਅੱਜ ਪੂਰੇ ਆਪਣੇ ਸਾਥੀਆਂ ਨਾਲ ਹਰ ਲੋਕ ਸਭਾ ਵਿੱਚ ਉਪਵਾਸ 'ਤੇ ਕਿਉਂ ਬੈਠਣਾ ਪਿਆ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਯਹਾਂ ਆਜ ਕਾ ਜੋ ਹਮਾਰਾ ਪ੍ਰਤੀਸ਼ੋਧ ਹੈ, ਆਜ ਕਾ ਹਮਾਰਾ ਵਿਰੋਧ ਹੈ, ਉਸਕੇ ਉੱਪਰ ਸਿਰਫ ਔਰ ਸਿਰਫ ਜੋ ਦੇਸ਼ ਕੇ ਅੰਦਰ ਜੋ ਪਾਰਟੀ ਇਸ ਦੇਸ਼ ਕੋ ਆਜ਼ਾਦੀ ਕੇ ਬਾਅਦ 70 ਸਾਲ ਮੇ ਸੇ 55 ਸਾਲ ਜਿਸ ਪਾਰਟੀ ਨੇ ਰਾਜ ਕਰਿਆ ਔਰ 12 ਵਾਰ ਹਮ ਲੋਕਾਂ ਨੇ ਉਸ ਪਾਰਟੀ ਕੋ ਸਰਕਾਰ ਬਣਾ ਕੇ ਦੀ ਔਰ 12 ਵਾਰ ਕੇ ਬਾਅਦ ਇਹ ਦੇਸ਼ ਭੁੱਖੇ ਨਕੋਂ ਕੀ ਕਤਾਰ ਮੇ ਲਾ ਕਰਕੇ ਖੜਾ ਕਰ ਦਿਆ ਹੋ ਔਰ ਇਸ ਦੇਸ਼ ਕੇ ਉੱਪਰ ਘੜਿਆਲੀ ਆਂਸੂ ਬਹਾਣੇ ਵਾਲੇ ਨੇਤਾ ਆਜ ਸੋਨੀਆ ਦਰਬਾਰ ਕੇ ਪਿੱਠੂ ਜੋ ਨਾ ਜਾਣੇ ਇਤਨੇ ਇਤਨੇ ਲੁਭਾਵਨੇ ਭਾਸ਼ਣ ਦੇ ਕਰਕੇ ਇਸ ਜਨਤਾ ਕੋ ਫਿਰ ਮਿਸਗਾਈਡ ਕਰਨੇ ਕੇ ਚੱਕਰ ਮੇ ਪ੍ਰਜਾਤੰਤਰ ਕਾ ਗਲਾ ਘੋਟਨੇ ਪੇ ਲਗੇ ਹੋਏ ਹੈ। ਸੈਕਟਰੀ ਤਾਂ ਅਸੀਂ ਕਰਨੇ ਨਹੀਂ ਥੀ ਤਾਂ ਸਿਲੈਕਟਡ ਲੋਕ ਬੁਲਾਇਆ, ਸਿਲੈਕਟਡ ਲੋਕ ਆਇਆ ਔਰ ਸਾਰੇ ਹਲਕਿਆਂ ਦੇ ਵਿੱਚੋਂ ਸਿਲੈਕਟਡ ਲੋਕ ਬੁਲਾਇਆ, ਇਹਦੇ 'ਚ ਕੋਈ ਨਹੀਂ ਤਾਂ ਕੋਈ ਮਾਸ ਰਿਪ੍ਰੈਜੈਂਟੇਸ਼ਨ ਨਹੀਂ ਸੀ। ਅਸੀਂ ਗਿਣਤੀ 19 ਰੱਖੀ ਜਿਹੜੇ ਅਹੁਦੇਦਾਰ ਹੈ, ਕੋਈ ਹੋਰ ਇੰਪੋਰਟੈਂਟ ਲੋਕ ਹੈ ਜਿਹੜੇ ਚੁਣੇ ਹੋਏ ਲੋਕ ਆ ਉਹਨਾਂ ਲੋਕਾਂ ਨੂੰ ਬੁਲਾਇਆ। ਲੋਕ ਸਭਾ ਦੀ ਵੀ ਤਿਆਰੀਆਂ ਵੀ ਕਰ ਲਓ ਆਪਣੇ ਕਾਰਜਕਰਤਾ ਨੂੰ ਕਹਿ ਰਹੇ ਨੇ ਤਾਂ ਕਿਵੇਂ ਮਤਲਬ ਕਿ ਕਿਸ ਤਰ੍ਹਾਂ ਜਸਟੀਫਾਈ ਕਿਸ ਤਰ੍ਹਾਂ ਕਰ ਸਕਦੇ? ਸਿਰਫ ਪ੍ਰੋਗਰਾਮ ਇੱਕ ਮੁੱਦੇ ਦੇ ਉੱਤੇ ਹੈ ਕਿ ਜਿਹੜਾ ਲੋਕ ਸਭਾ ਦੇ ਵਿੱਚ ਆਪੋਜੀਸ਼ਨ ਨੇ ਪਾਰਟੀਸਪੇਟ ਨਹੀਂ ਕੀਤਾ ਔਰ ਵਿਦਰੋਹ ਕਰਕੇ ਰੱਖਿਆ ਔਰ ਵੈਲ ਦੇ ਵਿੱਚ ਜਾ ਕਰਕੇ ਨਾਅਰੇਬਾਜ਼ੀ ਕਰਦੇ ਰਹੇ ਉਹਦੇ ਨਾਲ ਲੋਕ ਰਾਜ ਨੂੰ ਸੱਟ ਵੱਜੀ ਹੈ ਔਰ ਉਹ ਜਿਹੜੇ ਚੁਣੇ ਲੋਕ ਤੇ ਉਹਨਾਂ ਤੋਂ ਲੋਕਾਂ ਦੀ ਉਮੀਦ ਸੀਗੀ ਵੀ ਸਾਡੇ ਇਲਾਕੇ ਦੀਆਂ ਗੱਲਾਂ ਰੱਖਣਗੇ, ਉਹਨਾਂ ਨੇ ਨਹੀਂ ਰੱਖੀਆਂ। ਹਾਲਾਂਕਿ ਸਪੀਕਰ ਨੇ ਵਾਰ ਵਾਰ ਚਾਂਸ ਦਿੱਤਾ, ਹਾਊਸ ਐਡਜਰਨ ਕਰਕੇ ਫਿਰ ਰੀਜਨ ਵੱਲੋਂ ਉਹ ਫਿਰ ਉਹੀ ਹੁਟਿੰਗ।